ब्रैम्पटन ਦੇ ਵਿੱਚ ਇੱਕ ਮੰਦਿਰ ਦੇ ਬਾਹਰ ਅੰਟੈਰੀਓ ਦੇ ਵਿੱਚ ਕੈਨੇਡਾ ਦੇ ਵਿੱਚ SFJ ਵਾਲੇ ਜਿਹੜੇ ਆ ਸਿੱਖ ਫਾਰ ਜਸਟਿਸ ਆਪਣੇ ਪੰਨੂ ਵਾਲੇ ਆ ਇਹਨਾਂ ਨੇ ਉਹ ਜਾ ਕੇ ਪ੍ਰੋਟੈਸਟ ਕੀਤਾ ਤੇ ਫਿਰ ਲੜਾਈ ਹੋਈ ਆ ਤੇ ਉਹ ਤੋਂ ਬਾਅਦ ਜਿਹੜਾ ਬਹੁਤ ਵੱਡੇ ਪੱਧਰ ਤੇ ਜਿਹੜਾ ਆ ਆਪਣੇ ਇਧਰਲੇ ਕੈਨੇਡੀਅਨ ਮੀਡੀਆ ਦੇ ਵਿੱਚ ਇੰਗਲਿਸ਼ ਮੀਡੀਆ ਦੇ ਵਿੱਚ ਸਿੱਖਾਂ ਦੀ ਨਾ ਕਿ ਦਸਾਂ ਖਾਲਿਸਤਾਨੀਆਂ ਦੀ ਸਿੱਖਾਂ ਦੀ ਇਮੇਜ ਖਰਾਬ ਹੋਈ। ਹਾਂਜੀ ਸੰਗ ਜੀ, ਕੱਲ ਤੁਸੀਂ ਇੱਕ ਨਿਊਜ਼ ਵੀ ਇੰਡੀਆ ਦੇ ਵਿੱਚ ਦੇਖੀ ਹੋਣੀ ਆ ਤੇ ਵੀਡੀਓ ਵਗੈਰਾ ਵੀ ਸ਼ਾਇਦ ਦੇਖੀ ਹੋਵੇ ਵੀ ਇੱਕ ਬ੍ਰੈਂਟਨ ਦੇ ਵਿੱਚ ਇੱਕ ਮੰਦਿਰ ਦੇ ਬਾਹਰ ਅੰਟੈਰੀਓ ਦੇ ਵਿੱਚ ਕੈਨੇਡਾ ਦੇ ਵਿੱਚ SFJ ਵਾਲੇ ਜਿਹੜੇ ਆ ਸਿੱਖ ਫਾਰ ਜਸਟਿਸ ਆਪਣੇ ਪੰਨੂ ਵਾਲੇ ਆ ਇਹਨਾਂ ਨੇ ਉਹ ਜਾ ਕੇ ਪ੍ਰੋਟੈਸਟ ਕੀਤਾ ਤੇ ਫਿਰ ਲੜਾਈ ਹੋਈ ਆ ਤੇ ਉਹ ਤੋਂ ਬਾਅਦ ਜਿਹੜਾ ਬਹੁਤ ਵੱਡੇ ਪੱਧਰ ਤੇ ਜਿਹੜਾ ਆ ਆਪਣੇ ਇਧਰਲੇ ਕੈਨੇਡੀਅਨ ਮੀਡੀਆ ਦੇ ਵਿੱਚ ਇੰਗਲਿਸ਼ ਮੀਡੀਆ ਦੇ ਵਿੱਚ ਸਿੱਖਾਂ ਦੀ ਨਾ ਕਿ ਦਸਾਂ ਖਾਲਿਸਤਾਨੀਆਂ ਦੀ ਸਿੱਖਾਂ ਦੀ ਇਮੇਜ ਖਰਾਬ ਹੋਈ। ਉਹ ਤੋਂ ਪਹਿਲਾਂ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਵੀ ਇਹ ਹਰਕਤ ਕੀਤੀ ਜਿਹੜਾ ਵੈਨਕੂਵਰ ਦੇ ਵਿੱਚ ਸੀਗਾ ਸਿੱਖ ਖਾਲਸਾ ਦੀਵਾਨ ਸੁਸਾਇਟੀ, ਉਹਦੀ ਮੈਂ ਪਹਿਲਾਂ ਇੱਥੇ ਵੀਡੀਓ ਲਾਉਣਾ ਆ। ਪਹਿਲਾਂ ਵੀਡੀਓ ਦੇਖਿਆ ਜੋ, ਉਸ ਤੋਂ ਬਾਅਦ ਮੈਂ ਤੁਹਾਨੂੰ ਸਾਰਾ ਮਸਲਾ ਸਮਝਾਉਣਾ ਵੀ ਗੱਲ ਕੀ ਹੋਈ ਸੀ, ਜਿੰਨੀ ਕੁ ਖਬਰ ਸਾਡੇ ਤੱਕ ਪਹੁੰਚੀ ਆ। ਆ ਪਹਿਲਾਂ ਵੀਡੀਓ ਦੇਖਿਆ ਜੋ। Our seniors line up to get their life certificates made by Indian consulate officials. It's part of an annual consular camp organized by the Khalsa Diwan Society. The only services that are being offered today are life certificates, which is for individuals who are collecting pension in India, and annually they have to get a certificate done that they're alive and can living here. But it's a different picture outside the temple walls, where dozens of supporters of the Khalistan movement are being held back by police. Protesters not allowed within 60 meters of the Gurdwara, as outlined in a recent court ruling. At one point, some protesters tried to get inside the Gurdwara, but were quickly escorted away by police, while others used a PA system to yell at people as they entered the temple. But we got to stop. People stop these whole. Gurdwara officials say last year the VPD had a. ਹਾਂਜੀ ਸੰਗਤ ਜੀ, ਇਹਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਵੀ ਜਿਹੜੇ ਕੌਂਸਲਰ ਆ ਇੰਡੀਆ ਦੇ, ਜਿਹੜੇ ਮਤਲਬ ਅੰਬੈਸੀ ਦਾ ਸਟਾਫ ਆ, ਜਿਹੜਾ ਇੰਡੀਅਨ ਅੰਬੈਸੀ ਵਾਲੇ ਆ, ਉਹਨਾਂ ਦਾ ਇੱਕ ਕੈਂਪ ਲਵਾਇਆ ਗਿਆ ਸੀਗਾ ਗੁਰਦੁਆਰਾ ਸਾਹਿਬ ਦੇ ਵਿੱਚ, ਜਿੱਥੇ ਉਹਨਾਂ ਨੇ ਆ ਕੇ ਕੋਈ ਜਿਹੜੇ ਆਪਣੇ ਇੰਡੀਆ ਦੇ ਨਾਲ ਜੁੜੇ ਹੋਏ ਕੋਈ ਡਾਕੂਮੈਂਟਸ, ਕੋਈ ਪੇਪਰ ਵਰਕ, ਕੋਈ ਸਰਟੀਫਿਕੇਟ ਵਗੈਰਾ ਲੈਣੇ ਹੁੰਦੇ ਆ ਬਜ਼ੁਰਗਾਂ ਨੇ, ਜਿਹੜੇ ਕਿ ਉੱਥੇ ਜਾ ਕੇ ਲਾਈਨ ਦੇ ਵਿੱਚ ਖੜੇ ਨਹੀਂ ਹੋ ਸਕਦੇ, ਉਹਨਾਂ ਦੇ ਲਈ ਇਹ ਜਿਹੜੇ ਚੀਜ਼ਾਂ ਜਿਹੜੀਆਂ ਇਹ ਕੈਂਪ ਵਗੈਰਾ ਜਿਹੜੇ ਆ ਇਹ ਅਰੇਂਜ ਕੀਤੇ ਜਾਂਦੇ ਆ। ਤੇ ਆਹ ਵੀ ਜਿਹੜਾ ਆ ਜਿਹੜੀ ਮੈਂ ਤੁਹਾਨੂੰ ਹੁਣ ਇੱਥੇ ਵੀਡੀਓ ਲਾਈ ਸੀ, ਗੁਰਦੁਆਰਾ ਸਾਹਿਬ ਦੀ ਜਿਹੜੀ ਕਮੇਟੀ ਉਹਨਾਂ ਨੇ ਅਰੇਂਜ ਕੀਤਾ ਸੀ ਤੇ ਪ੍ਰਧਾਨ ਸਾਹਿਬ ਦੀ ਵਿੱਚ ਸਟੇਟਮੈਂਟ ਵੀ ਆ, ਤਾਂ ਉਹਦੇ ਵਿੱਚ ਤੁਸੀਂ ਦੇਖੋ ਅੰਦਰ ਆਪਣੇ ਬਜ਼ੁਰਗ ਜਿਹੜੇ ਆ ਉਹ ਆਪਦਾ ਪੇਪਰ ਵਰਕ ਕਰਾ ਰਹੇ ਆ ਜਿਹੜਾ ਉਹਨਾਂ ਨੂੰ ਲੜੀਂਦਾ ਆ, ਤੇ ਬਾਹਰ ਜਿਨ੍ਹਾਂ ਨੂੰ ਮੈਂ ਕਹਿੰਦਾ ਹੁੰਦਾ ਵੀ ਆ ਧੂਤਾ ਲਾਣਾ ਝੰਡੇ ਚੱਕ ਕੇ ਗੁੰਡਾਗਰਦੀ ਕਰਨ ਦੇ ਲਈ ਖਾਲਿਸਤਾਨ ਖਾਲਿਸਤਾਨ ਕਰੀ ਜਾ ਰਿਹਾ ਆ। ਹੁਣ ਪਹਿਲਾਂ ਤਾਂ ਇਹ ਦੱਸਣ ਵੀ ਕੀ ਖਾਲਿਸਤਾਨ ਗੁਰਦੁਆਰੇ ਵਾਲਿਆਂ ਨੇ ਦੇਣਾ ਆ, ਉੱਥੇ ਲੋਕ ਆਪਦਾ ਇੱਕ ਨਾਰਮਲ ਕੰਮ ਕਰਾਉਣ ਆਏ ਸੀਗੇ, ਔਰ ਕੋਰਟ ਦੇ ਵਿੱਚੋਂ ਗੁਰਦੁਆਰਾ ਦੀ ਕਮੇਟੀ ਨੂੰ ਇਹ ਆਰਡਰ ਲੈਣੇ ਪਿਆ। ਮੈਂ ਸਕਰੀਨਸ਼ਾਟ ਲਾ ਰਿਹਾ ਨਾਲ ਵੀ ਭਾਈ ਇਹ ਜਿਹੜੇ ਖਾਲਿਸਤਾਨੀ ਆ ਗੁਰਦੁਆਰੇ ਦੀ ਇੱਕ ਲਿਮਿਟ ਜਿਹੜੀ ਕੋਈ 50, 60, 100, 200 ਮੀਟਰ ਪ੍ਰਧਾਨ ਸਾਹਿਬ ਵਿੱਚ ਦੱਸ ਵੀ ਰਿਹਾ, ਮੈਨੂੰ ਲੱਗਦਾ 60 ਮੀਟਰ ਆ ਜਿਹੜਾ ਰੇਡੀਅਸ, ਉਦੋਂ ਅੰਦਰ ਉਸ ਬਾਉਂਡਰੀ ਤੋਂ ਅੱਗੇ ਨਹੀਂ ਆ ਸਕਦੇ, ਉਹਦੇ ਲਈ ਉਹਨਾਂ ਨੂੰ ਪੁਲਿਸ ਲਾਉਣੀ ਪਈ। ਜਾਣੀ ਕਿ ਜੇ ਆਪਾਂ ਆਪਣੇ ਸਿੰਪਲ ਸ਼ਬਦਾਂ ਦੇ ਵਿੱਚ ਕਹੀਏ, ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਇਹਨਾਂ ਗੁੰਡਿਆਂ ਤੋਂ ਆਪਦਾ ਬਚਾਅ ਕਰਨ ਦੇ ਲਈ ਕੋਰਟ ਦੇ ਵਿੱਚੋਂ ਜਾ ਕੇ ਸਿਕਿਉਰਿਟੀ ਲੈਣੀ ਪਈ। ਮੈਂ ਕਹਿੰਦਾ ਹੁੰਦਾ ਨਾ ਵੀ ਗੁਰੂ ਘਰ ਤੁਹਾਨੂੰ ਇਹਨਾਂ ਤੋਂ ਆਜ਼ਾਦ ਕਰਾਉਣੇ ਪੈਣੇ ਨੇ। ਇਹ ਚੀਜ਼ ਮੰਦਿਰ ਦੇ ਵਿੱਚ ਹੋਈ, ਉੱਥੇ ਵੀ ਜਿਹੜੇ ਆ ਜਿਹੜਾ ਇਹ ਅੰਬੈਸੀ ਦਾ ਸਟਾਫ ਆ ਜਿਹੜਾ ਉੱਥੇ ਕੰਮ ਕਰਨ ਦੇ ਲਈ ਗਿਆ ਸੀ, ਔਰ ਉਹਦੇ ਵਿੱਚ 90% ਆਪਣੇ ਸਿੱਖ ਲੋਕ ਸੀਗੇ, 90% ਜਿਹੜੇ ਫਾਈਲ ਵਗੈਰਾ ਸਰਟੀਫਿਕੇਟ ਪੇਪਰ ਵਰਕ ਕਰਾਉਣ ਦੇ ਲਈ 90% ਸਿੱਖ ਲੋਕ ਸੀਗੇ, ਤਾਂ ਉੱਥੇ ਇਹ ਪ੍ਰੋਟੈਸਟ ਕਰਨ ਚਲੇ ਜਾਂਦੇ ਆ। ਚਲੋ ਭਾਈ ਬਾਹਰ ਪ੍ਰੋਟੈਸਟ ਕਰੀਏ, ਫਿਰ ਇਹਨਾਂ ਨੇ ਅੰਬੈਸੀ ਦੇ ਆਪਣੇ ਮੰਦਿਰ ਦੇ ਅੰਦਰ ਵੜ ਕੇ ਜਿਹੜਾ ਆ ਉਹਨਾਂ ਦੇ ਨਾਲ ਕੁੱਟਮਾਰ ਕੀਤੀ। ਉਹ ਤੋਂ ਬਾਅਦ ਫਿਰ ਉਹਨਾਂ ਨੇ ਵੀ ਰਾਤ ਨੂੰ ਜਿਹੜਾ ਆ ਮਾਲਟਨ ਗੁਰੂ ਘਰ ਦੇ ਬਾਹਰ ਜਾ ਕੇ ਜਿਹੜਾ ਆ ਆਪਦਾ ਰੋਸ ਮੁਜ਼ਾਹਰਾ ਕੀਤਾ, ਤੇ ਕੱਲ ਵੀ ਦੱਸਦੇ ਆ ਰਾਤ ਫਿਰ ਉਹ ਲੋਕਾਂ ਦੀਆਂ ਗੱਡੀਆਂ ਗੁੱਡੀਆਂ ਭੰਨਦੇ ਫਿਰਦੇ ਸੀ। ਮਤਲਬ ਗੁੰਡਾਗਰਦੀ ਦੋਨੋਂ ਪਾਸੇ ਹੁੰਦੀ ਆ, ਪਰ ਗੱਲ ਇਹ ਆ ਵੀ ਪਹਿਲਾਂ ਇਹ ਉੱਥੇ ਲੈਣ ਕੀ ਗਏ ਸੀ, ਇਹਨਾਂ ਦਾ ਕੀ ਮਤਲਬ ਸੀਗਾ। ਹਾਂ ਜੇ ਉੱਥੇ ਕੋਈ ਸਿੱਖ ਵਿਰੋਧੀ ਐਕਟੀਵਿਟੀ ਹੁੰਦੀ ਹੁੰਦੀ, ਕੋਈ ਤੁਹਾਡੇ ਵਿਰੁੱਧ ਪਲਾਨ ਬਣਦਾ ਹੁੰਦਾ, ਜਾਂ ਖਾਲਿਸਤਾਨ ਅਗੇਂਸਟ ਕੋਈ ਐਕਟੀਵਿਟੀ ਹੁੰਦੀ ਹੁੰਦੀ, ਫਿਰ ਵੀ ਤੁਹਾਡੇ ਜਾਣ ਦਾ ਮਤਲਬ ਸਮਝ ਆਉਂਦਾ ਸੀਗਾ। ਪਰ ਤੁਸੀਂ ਮੂੰਹ ਚੱਕ ਕੇ ਉੱਥੇ ਵੀ ਅਸੀਂ ਇੰਡੀਅਨ ਕੌਂਸਲੇਟ ਆਇਆ ਹੋਇਆ ਆ, ਫਿਰ ਕਹਿੰਦੇ ਜੀ ਇਹ ਕੌਂਸਲਰ ਹੈ ਜਿਹੜਾ ਇੰਡੀਅਨ ਕੌਂਸਲੇਟ ਦੇ ਜਿਹੜੇ ਮੁਲਾਜ਼ਮ ਆ ਇਹ ਭਾਈ ਨਿੱਜਰ ਕਤਲਕਾਂਡ ਦੇ ਵਿੱਚ ਇਨਵੋਲਵ ਸੀਗੇ, ਉਹ ਤਾਂ ਭਾਈ ਕਦੋਂ ਦੇ ਕੈਨੇਡਾ ਵਾਲਿਆਂ ਨੇ ਕੱਢ ਦਿੱਤੇ ਆ ਇੱਥੋਂ, ਤੇ ਹੁਣ ਸਗੋਂ ਤੁਸੀਂ ਜਿਹੜੀ ਸਿੱਖਾਂ ਦੇ ਹੱਕ ਦੇ ਵਿੱਚ ਬਣੀ ਬਣਾਈ ਗੇਮ ਸੀ ਜਿਹੜਾ ਪੂਰਾ ਇੰਡੀਅਨ ਸੌਰੀ ਕੈਨੇਡੀਅਨ ਮੀਡੀਆ ਜਾਂ ਇੰਗਲਿਸ਼ ਮੀਡੀਆ ਜਿਹੜਾ ਤੁਹਾਡੇ ਸਪੋਰਟ ਦੇ ਵਿੱਚ ਸੀ, ਉਹ ਹੁਣ ਕੱਲ ਦਾ ਕਿਸ ਤਰੀਕੇ ਦੇ ਨਾਲ ਤੁਹਾਨੂੰ ਲਾਂਤਾ ਪਾ ਰਿਹਾ। ਉਹ ਕਹਿੰਦੇ ਤੁਸੀਂ ਆਪਦੀ ਨਿੱਜੀ ਲੜਾਈ ਆ ਜਿਹੜੀ ਆਪਦੇ ਆਪਦੇ ਦੇਸ਼ ਦੀ, ਉਹ ਸਾਡੇ ਦੇਸ਼ ਦੇ ਵਿੱਚ ਲਿਆ ਕੇ ਤੁਸੀਂ ਗੰਦ ਪਾਇਆ ਹੋਇਆ।
और दूजी गल कल दी जिहड़ी SFJ दे किसे बंदे ने जिम्मेवारी नहीं लई वी इह साडे बंदे सी असीं भेजे सी जां असीं करवाया आ। हुण मैनूं इह दस्सो मित्रो, तुसीं कल दे उत्थे अपने लड़ी जाने आ, झगड़ी जाने आ एक दूजे दे नाल, पर पन्नू होनी कित्थे ने, जां उहनां दा जवाक, भतीजा, भाई कोई बंदा विच है, इह हुंदी आ सियासत। अगले आपदे 3-3 मिलियन दे मैशन दे विच बैठ के तमाशा देख रहे ने। ਤੁਹਾਡਾ ਟੋਰਾਂਟੋ ਬੈਠਾ ਗੰਜਾ ਧਾਲੀਵਾਲ ਜਿਹੜਾ USMI ਮੀਡੀਆ ਚਲਾਉਂਦਾ ਆ, ਕਿਤੇ ਦਿਖਿਆ? ਦਿਖਾਇਓ ਖਾ ਮਾੜੀ ਜੀ ਫੋਟੋ। ਤੇ ਸਭ ਤੋਂ ਵੱਧ ਅੱਗ ਬੈਠ ਕੇ TV ਤੇ ਉਹ ਲਾਉਂਦਾ। ਤੋ ਸੰਗਤ ਜੀ, ਤੁਹਾਨੂੰ ਅਵੇਅਰ ਇਹਨਾਂ ਲੋਕਾਂ ਤੋਂ ਕਰੀਦਾ ਆ। ਆਪਣਾ ਇੱਕ ਵੀਰ ਪੁਲਿਸ ਦੇ ਵਿੱਚ ਸਰਜੈਂਟ ਸੀਗਾ ਜਿਹੜਾ ਅੰਟੈਰੀਓ ਉਹਦੇ ਉੱਥੇ ਆਪਣੇ ਪੀਲ ਪੁਲਿਸ ਦੇ ਵਿੱਚ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਆ, ਕਿਉਂਕਿ ਉਹ ਵੀ ਸਿਵਲ ਦੇ ਵਿੱਚ ਆਫ ਡਿਊਟੀ ਜਿਹੜਾ ਇਸ ਪ੍ਰੋਟੈਸਟ ਦੇ ਵਿੱਚ ਸੀਗਾ, ਤੇ ਉਹਦੀ ਜਿਹੜੀ ਵੀਡੀਓ ਸਾਹਮਣੇ ਆ ਗਈ ਤਾਂ ਪੁਲਿਸ ਨੇ ਸਸਪੈਂਡ ਕਰ ਦਿੱਤਾ ਆ। ਆ ਮੈਂ ਤੁਹਾਡੇ ਸਾਹਮਣੇ ਉਹ ਸਕਰੀਨਸ਼ਾਟ ਵੀ ਲਾ ਦਿੰਦਾ ਆ। ਸੋ ਗੱਲ ਇਹ ਆ ਜਿਹੜੀਆਂ ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਸਾਡੇ ਵਿਰੋਧ ਦੇ ਵਿੱਚ ਜਾਂਦੀਆਂ ਆ, ਇੱਕ ਐਡੀ ਵੱਡੀ ਤੁਸੀਂ ਨਫ਼ਰਤ ਸਿੱਖਾਂ ਦੇ ਪ੍ਰਤੀ ਖੜੀ ਕਰ ਦੇਣੀ ਆ ਕਿ ਜਿਹਨੂੰ ਮੁੜ ਕੇ ਸੰਭਾਲਣਾ ਔਖਾ ਜਾਣਾ। ਬਿਲਕੁਲ ਉਹੋ ਜਿਹਾ ਵਿਵਹਾਰ ਬਿਹੇਵੀਅਰ ਸਾਡੇ ਨਾਲ ਹੋਣਾ ਸ਼ੁਰੂ ਹੋਏ ਨਾ ਜਿਹੜਾ ਭਾਈਜਾਨਾਂ ਦੇ ਨਾਲ ਹੋਣਾ, ਕਿਉਂਕਿ ਸਾਡੇ ਰੋਲ ਮਾਡਲ ਹੀ ਮੈਂ ਵਾਰ ਵਾਰ ਕਹਿੰਦਾ ਹੁੰਦਾ ਵੀ ਤਾਲੇ ਬੰਨੀ ਆ, ਤਾਂ ਅਸੀਂ ਉਹਨਾਂ ਨੂੰ ਪਸੰਦ ਕਰਦੇ ਤਾਂ ਫਿਰ ਹਰਕਤਾਂ ਵੀ ਉਹਨਾਂ ਵਾਲੀਆਂ ਹੀ ਕਰਨੀਆਂ ਨੇ। ਸੋ ਖਾਲਿਸਤਾਨ ਜਿਹੜਾ ਆ ਇੱਦਾਂ ਮੰਦਰਾਂ ਗੁਰੂ ਘਰਾਂ ਦੇ ਵਿੱਚੋਂ ਨਹੀਂ ਲਿਆ ਜਾਣਾ, ਪਰ ਜਿਹੜੀ ਇੱਥੇ 100 ਸਾਲ ਦੇ ਵਿੱਚ ਸਿੱਖਾਂ ਦੀ ਇਮੇਜ ਬਣੀ ਆ, ਪੁਰਾਣੇ ਜਿਹੜੇ ਸਾਡੇ ਆਏ ਸੀ ਬਜ਼ੁਰਗ ਉਹਨਾਂ ਨੇ ਆ ਕੇ ਜਿਹੜੀ ਛਵੀ ਬਣਾਈ, ਤੁਸੀਂ 1-10 ਸਾਲਾਂ ਦੇ ਵਿੱਚ ਉਹ ਮਿੱਟੀ 'ਚ ਮਿਲਾ ਦੇਣੀ ਆ। ਜੇ ਕੱਲ੍ਹ ਦੀ SFJ ਵਾਲਿਆਂ ਨੇ ਜਾਂ ਕਿਸੇ ਹੋਰ ਨੇ ਹਰਕਤ ਕੀਤੀ ਆ, ਤਾਂ ਉਹ ਫਿਰ ਆ ਕੇ ਇਸ ਕੈਮਰੇ ਸਾਹਮਣੇ ਕਹਿਣ, ਲੋਕਾਂ ਦੇ ਵਿੱਚ ਵਿਚਰਦੇ ਆ ਕੇ। ਔਰ ਜਿਹੜੀ ਇਹ ਵਾਰ ਵਾਰ ਇੱਕ ਜਿਹੜੀ ਕਹਿੰਦੇ ਹੁੰਦੇ ਆ ਜੀ ਰੈਫਰੈਂਡਮ ਅਸੀਂ ਤਾਂ ਪੀਸਫੁੱਲੀ ਕਰਾ ਰਹੇ ਹਾਂ, ਸਾਡਾ ਵਾਇਲੇਸ਼ਨ ਨਾਲ ਲੈਣਾ ਦੇਣਾ ਕੋਈ ਨਹੀਂ, ਤੇ ਆਹ ਕੀ ਸੀ ਭਾਈ? ਤੁਹਾਡੇ ਤੋਂ ਬਚਾਅ ਦੇ ਲਈ ਗੁਰੂ ਘਰ ਦੀ ਕਮੇਟੀ ਨੂੰ ਕੋਰਟ ਦੇ ਵਿੱਚੋਂ ਆਰਡਰ ਲੈਣੇ ਪੈਂਦੇ ਆ ਵੀ ਇਹ ਗੁੰਡਾ ਬਗਰੇਡ ਜਿਹੜੀ ਆ ਉਹ ਆ ਕੇ ਇੱਥੇ ਕੋਈ ਗਾਂਦਰਾ ਪਾਵੇ, ਤਾਂ ਪੁਲਿਸ ਲੱਗਦੀ ਆ ਤੇ ਤੁਹਾਨੂੰ ਇੱਕ ਰੇਡੀਅਸ ਤੋਂ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਆ। ਤੇ ਜੇ ਕੋਈ ਇਦਾਂ ਦੀ ਗੱਲ ਹੁੰਦੀ ਤਾਂ ਮੁੜ ਕੇ ਤੁਸੀਂ ਕਹਿੰਦੇ ਇਹ ਤਾਂ ਭਾਰਤੀ ਆ, ਇਹ ਤਾਂ ਭਾਰਤ ਦੇ ਆ ਗੁਰਦੁਆਰਾ ਕਮੇਟੀਆਂ ਜਿਹੜੀਆਂ, ਇਹ ਤਾਂ ਹਿੰਦੂਆਂ ਦੇ ਥੱਲੇ ਲੱਗੇ ਫਲਾਨ ਕੀਤਾ ਹੋਇਆ। ਸੋ ਇਹ ਬਦਮਾਸ਼ੀਆਂ ਬਹੁਤ ਮਹਿੰਗੀਆਂ ਪੈਣੀਆਂ। ਇਹ ਕੰਟਰੀਆਂ ਦੇ ਵਿੱਚ ਅਸੀਂ ਰੋਜੀ ਰੋਟੀ ਕਮਾਉਣ ਆਏ ਆ, ਵਧੀਆ ਜ਼ਿੰਦਗੀ ਜਿਉਣ ਆਏ ਆ, ਪਰ ਜਿਹੜਾ ਹੁਣ ਤੁਸੀਂ ਇੱਥੇ ਗੰਦ ਸ਼ੁਰੂ ਕਰ ਦਿੱਤਾ ਨਾ ਮਿੱਤਰੋ, ਇਹ ਤੁਹਾਨੂੰ ਬਹੁਤ ਮਹਿੰਗਾ ਪੈਣਾ। ਔਰ ਇਹਦੇ ਲਈ ਆਮ ਸਿੱਖਾਂ ਨੂੰ ਜਾਗਣਾ ਪੈਣਾ ਆ। ਆਮ ਸਿੱਖਾਂ ਨੂੰ ਭਾਈ ਜਿਹੜੇ ਨਿਊਟਰਲ ਰਹਿ ਕੇ ਚੁੱਪ ਕਰਕੇ ਕਿਨਾਰਾ ਕਰ ਜਾਂਦੇ ਨਾ, ਹੁਣ ਇੱਥੇ ਬਹੁਤ ਕਹਿਣਗੇ ਅਸੀਂ ਤਾਂ ਭਾਈ ਹੁਣ ਗੁਰਦੁਆਰੇ ਨਹੀਂ ਜਾਂਦੇ, ਉੱਥੇ ਇਹਨਾਂ ਦੀਆਂ ਬਦਮਾਸ਼ੀਆਂ ਚੱਲਦੀਆਂ, ਇਹ ਕਰਦੀਆਂ। ਸੋ ਭਾਈ ਜ਼ੁਲਮ ਕਰਨਾ ਪਾਪ ਆ, ਤਾਂ ਸਹਿਣਾ ਉਦੋਂ ਹੀ ਵੱਡਾ ਪਾਪ ਆ। ਇਹ ਤੁਹਾਡੀ ਚੁੱਪ ਨੇ ਤੁਹਾਡਾ ਨੁਕਸਾਨ ਕਰਾਉਣਾ। ਔਰ ਜਿੱਦੇ ਗੋਰਿਆਂ ਨੇ ਜਿੱਦੇ UK ਦੇ ਵਿੱਚ ਉਹ ਚੱਲੀ ਸੀ ਨਾ ਉਹਨਾਂ ਦੇ ਪਾਕਿਸਤਾਨੀਆਂ ਦੇ ਵਿਰੁੱਧ, ਤੇ ਫਿਰ ਉਹ ਉਦੋਂ ਨਹੀਂ ਦੇਖਦੇ ਹੁੰਦੇ ਵੀ ਸਿੱਖ ਹਿੰਦੂ, ਉਹਨਾਂ ਦੇ ਲਈ ਸਾਰੇ ਹੀ ਅਸੀਂ ਇੱਕ ਆ, ਬੰਗਲਾਦੇਸ਼ ਤੋਂ ਲੈ ਕੇ ਅਰਬ ਕੰਟਰੀਜ਼ ਤੱਕ ਉਹ ਸਾਨੂੰ ਸਾਰਿਆਂ ਨੂੰ ਇੱਕੋ ਹੀ ਮੰਨਦੇ ਆ। ਉਹ ਨਹੀਂ ਦੇਖਦੇ ਵੀ ਇਹ ਖਾਲਿਸਤਾਨੀ ਆ ਤੇ ਇਹ ਇਹਨੂੰ ਹਿੰਦੂਆਂ ਨੇ ਜਿਹੜਾ ਇਹਦੇ ਨਾਲ ਧੱਕਾ ਕੀਤਾ ਆ, ਜਾਂ ਸਟੇਟ ਨੇ ਧੱਕਾ ਕੀਤਾ ਆ, ਜਾਂ ਕਾਂਗਰਸ ਨੇ ਧੱਕਾ ਕੀਤਾ, ਜਾਂ ਮੋਦੀ ਨੇ ਧੱਕਾ ਕੀਤਾ, ਉਹ ਨਹੀਂ ਮੰਨਦੇ। ਉਹ ਤੁਹਾਨੂੰ ਇੱਕੋ ਹੀ ਇੱਕੋ ਗੱਲ ਹੀ ਕਹਿੰਦੇ, ਉਹ ਕਹਿੰਦੇ ਵੀ ਆਪਦੀ ਲੜਾਈ ਆਪਦੇ ਦੇਸ਼ ਦੇ ਵਿੱਚ ਰੱਖੋ, ਗੰਦ ਪਾ ਰੱਖਿਆ ਤੁਸੀਂ। ਹੁਣ ਇੱਥੋਂ ਮਿੱਤਰੋ ਸਾਬਤ ਹੁੰਦਾ ਆ ਵੀ ਜੇ ਅਸੀਂ ਕਹਿੰਦੇ ਹੁੰਦੇ ਨਾ ਭਾਈ ਇਹ ਜਿੰਨੇ ਆ ਇਹ ਗੁਲਾਮੀ ਗੈਂਗ ਵਾਲੇ ਸਰਕਾਰੀ ਸੰਦ ਆ, ਆਹ ਦੇਖ ਲਓ ਤੁਹਾਡੇ ਸਾਹਮਣੇ ਆ। ਹੁਣ ਚੰਗੀ ਭਲੀ ਏਡੀ ਵੇਵ ਸਿੱਖਾਂ ਦੇ ਹੱਕ ਦੇ ਵਿੱਚ ਬਣੀ ਹੋਈ ਸੀ ਦੁਨੀਆ ਭਰ ਤੇ, ਇੱਕ ਤੁਹਾਡੀ ਹਰਕਤ ਨੇ ਮੋਦੀ ਮਾਰ ਕੇ ਰੱਖਤੀ। ਔਰ ਤੁਹਾਡੇ ਚੋਂ ਕੋਈ ਇਹੋ ਜਿਹਾ ਇੱਥੇ ਸਾਨੂੰ ਗਾਲਾਂ ਕੱਢੀ ਜਾਂਦੇ ਭਾਰਤੀ 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 ਕਰਕੇ, ਉਹਨਾਂ ਪਿਆਵਾਂ ਦੇ ਕਮੈਂਟਾਂ ਦੇ ਜਵਾਬ ਦਿਓ ਜਿੱਥੇ ਗੋਰੇ ਤੁਹਾਡਾ ਜਲੂਸ ਕੱਢਣ ਡਿਆ ਫੇਸਬੁੱਕ ਤੇ, ਤੁਹਾਡੇ ਜ਼ਰੂਰਤ ਨਹੀਂ ਕਿਸੇ 'ਚ, ਉਹਨਾਂ ਨੂੰ ਜਾ ਕੇ ਐਕਸਪਲੇਨ ਕਰੋ ਪਿਆਵਾਂ ਆਪਦੇ ਨੂੰ ਵੀ ਸਾਡੇ ਨਾਲ ਧੱਕਾ ਹੋਇਆ ਜੀ, ਅਸੀਂ ਤਾਂ ਉਹ ਬਦਲਾ ਲੈਂਦੇ ਹਾਂ, ਪਲਾਨ ਕਰਦੇ ਹਾਂ। ਦੱਸੋ ਉੱਥੇ ਜਾ ਕੇ ਸਾਹ ਨਹੀਂ ਕੱਢਦੇ ਉਹਨਾਂ ਪਿਆਵਾਂ ਮੂਹਰੇ? ਉੱਥੇ ਤਾਂ ਕੋਈ ਇੱਕ ਅੱਖਰ ਨਹੀਂ ਲਿਖ ਹੁੰਦਾ। ਪਹਿਲੀ ਤਾਂ ਗੱਲ ਅੰਗਰੇਜ਼ੀ ਮੁੱਕ ਜਾਂਦੀ ਆ ਮੇਰੇ ਵਾਂਗੂ, ਦੂਜੀ ਗੱਲ ਇਹ ਆ ਵੀ ਪਤਾ ਨਹੀਂ ਉਹਨਾਂ ਨੇ ਕੀ ਬਾਹ ਪਾ ਦੇਣੀ ਆ। ਸੋ ਸੰਗਤ ਜੀ, ਜਿਵੇਂ ਮਹੰਤਾਂ ਤੋਂ ਗੁਰੂ ਘਰ ਯਾਦ ਕਰਾਏ ਸੀ ਨਾ, ਤੁਹਾਡੀ ਚੁੱਪ ਨੇ ਇਸ ਕਦਰ ਇਹਨਾਂ ਨੂੰ ਹਾਵੀ ਕਰਤਾ, ਤੁਹਾਨੂੰ ਕੋਰਟਾਂ ਤੋਂ ਆਰਡਰ ਲੈਣੇ ਪੈਂਦੇ ਆ ਹੁਣ, ਔਰ ਕਿਸੇ ਦਿਨ ਨੂੰ ਇਹਨਾਂ ਤੋਂ ਵੀ ਇਸੇ ਤਰ੍ਹਾਂ ਯਾਦ ਕਰਾਉਣੇ ਪੈਣੇ ਨੇ। ਬਾਕੀ ਸਾਡੇ ਤੇ ਜਿਹੜੇ ਇਲਜ਼ਾਮ ਲਾਉਣੇ ਲਾਈ ਜਾਣ, ਅਸੀਂ ਸੱਚ ਬੋਲਣਾ, ਸੱਚ ਦੇ ਨਾਲ ਖੜਨਾ। ਕੱਲ ਗਿੱਲ ਸਾਹਿਬ ਦੇ ਨਾਲ ਟਿਕਟੋਕ ਤੇ ਲਾਈਵ ਵੀ ਕੀਤੀਆਂ ਦੋ, ਯਾਰ ਇਹ ਨਹੀਂ ਆ ਵੀ ਇਹਨਾਂ ਨੂੰ ਆਪਣੇ ਸਿੱਖਾਂ ਨੂੰ ਕਹਿੰਦੇ, ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਜਿਹੜੇ ਉਹ ਵੀ ਬਦਮਾਸ਼ੀ ਕਰਦੇ ਆ, ਜਿਹੜੇ ਆ ਬਾਹਮਣ ਲਾਣਾ ਫਿਰਦਾ ਆ, ਵੀ ਇੱਥੇ ਭਾਈ ਰੋਜੀ ਰੋਟੀ ਕਮਾਉਣ ਆਏ ਆ, ਇਹ ਹਰਕਤਾਂ ਕਰਨ ਹੀ ਆਏਗੇ। ਤੇ ਪਰ ਇੱਥੇ ਗਲਤੀ ਸਾਡੇ ਵਾਲਿਆਂ ਦੀ ਆ, ਜਿਹੜੇ ਪਹਿਲਾਂ ਉੱਥੇ ਜਾ ਕੇ ਇਹ ਗੰਦ ਪਾਉਂਦੇ ਆ, 10 ਜਣੇ ਜਾਂਦੇ ਆ ਖਲਲ ਪਾ ਕੇ, ਤੇ ਐਡੀ ਵੱਡੀ ਪੱਧਰ ਤੇ ਜਿਹੜੀ ਇਮੇਜ ਖਰਾਬ ਕਰ ਦਿੰਦੇ ਆ, ਤੇ ਟੁੱਡ ਵਰਗਿਆਂ ਨੂੰ ਵੀ ਤੁਹਾਡੇ ਵਿਰੁੱਧ ਬਿਆਨ ਦੇਣੇ।